ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ, ਧੰਨ ਗੁਰੂ ਨਾਨਕ ਦੇਵ ਪਿਆਰੇ, ਧੰਨ ਗੁਰੂ ਨਾਨਕ ਦੇਵ। ਸਾਰੇ ਬੋਲੋ ਧੰਨ ਗੁਰੂ ਦੇਵ ਪਿਆਰੇ। ਜਿਸਨੂੰ ਤੇਰੀ ਮਿਹਰ, ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ, ਜਿਸਨੂੰ ਤੇਰੀ ਮਿਹਰ ਮਿਹਰ ਸੋ ਤੇਰੀ ਬੰਦਗੀ, ਸੋ ਤੇਰੀ ਬੰਦਗੀ। ਇਹ ਪੂਰਨ ਮਿਹਰ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਦੀ ਤੁਹਾਡੇ ਤੇ। ਐਵੇਂ ਨਹੀਂ ਕੋਈ ਨਾਮ ਜਪ ਸਕਦਾ ਜੀ, ਐਵੇਂ ਨਹੀਂ ਕੋਈ ਅੰਮ੍ਰਿਤ ਵੇਲਾ ਉੱਠ ਕੇ ਬੰਦਗੀ ਕਰ ਸਕਦਾ। ਗੁਰੂ ਨਾਨਕ ਸਾਹਿਬ ਦਾ ਹੱਥ ਏਦਾਂ ਹੈ, ਨਾਮ ਜਪਿਆ ਜਾ ਰਿਹਾ। ਪਰ ਇੱਕ ਚੀਜ਼ ਹੈ ਸੰਗਤ, ਅਗਰ ਨਹੀਂ ਉੱਠਿਆ ਜਾ ਰਿਹਾ, ਨਹੀਂ ਨਾਮ ਜਪਿਆ ਜਾ ਰਿਹਾ, ਫਿਰ ਘੱਟੋ ਘੱਟ ਬੇਨਤੀਆਂ ਤਾਂ ਕਰੀਏ ਨਾ ਗਰੀਬ ਨਿਵਾਜ, ਮੈਨੂੰ ਆਪਣੀ ਮਿਹਰ ਦਾ ਪਾਤਰ ਬਣਾ ਲੈ। ਰੰਗ ਰਤੜੀਆਂ ਰੂਹਾਂ ਤੁਹਾਡੇ ਨਾਮ 'ਚ ਅੰਮ੍ਰਿਤ ਵੇਲੇ ਗੜੂੰਦ ਹੁੰਦੀਆਂ ਨੇ, ਸੁਹਾਗਣਾ ਤੁਹਾਡੇ ਨਾਲ ਰੰਗਰਲੀਆਂ ਮਨਾਉਂਦੀਆਂ ਨੇ, ਮੈਂ ਦੁਹਾਗਣ ਝੂਰ ਸੁੱਤੀ ਰਹਿੰਦੀ ਹੈ। ਘੱਟੋ ਘੱਟ ਬੇਨਤੀਆਂ ਤਾਂ ਲਾ ਸਕਦੇ ਹਾਂ ਨਾ ਜੀ, ਤਰਲੋ ਮੱਛੀ ਦਾ ਹੋ ਸਕਦੇ ਹਾਂ, ਤਰਲੇ ਦਾ ਪਾ ਸਕਦੇ ਹਾਂ, ਜੋਦੜੀਆਂ ਤਾਂ ਕਰ ਸਕਦੇ ਹਾਂ। ਅਤੇ ਜੇ ਤਰਲੇ ਹਿਰਦੇ ਤੋਂ ਨਿਕਲਣਗੇ, ਜੇ ਜੋਦੜੀਆਂ ਹਿਰਦੇ ਤੋਂ ਨਿਕਲਣਗੀਆਂ, ਹੂਕ ਜਦੋਂ ਨਿਕਲੇਗੀ ਹਿਰਦੇ ਤੋਂ ਤੇ ਪਹੁੰਚੇਗੀ ਗੁਰੂ ਨਾਨਕ ਕੋਲ। ਆਖੋ ਸਤਨਾਮ ਸਤਿਆਲ। ਸਭ ਸੁਹਾਗਣ ਮਾਣੇ ਰਲੀਆਂ, ਇੱਕ ਦਿਓ ਰਾਤ ਮੁਰਾਰੀ। ਸਭ ਸੁਹਾਗਣ ਮਾਣੇ ਰਲੀਆਂ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਗੁਰੂ ਗੁਰੂ ਕਰਦੇ ਨੇ ਉਹ ਸੁਹਾਗਣਾ ਨੇ, ਮਾਣੇ ਰਲੀਆਂ ਮਾਣੇ ਰਲੀਆਂ। ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵ ਰਾਤ ਮੁਰਾਰੀ। ਤੁਹਾਡੇ ਭਜਨ ਦੀ ਰਾਤ, ਤੁਹਾਡੇ ਮਿਲਾਪ ਦੀ ਰਾਤ, ਮੈਨੂੰ ਦੁਹਾਗਣ ਨੂੰ ਵੀ ਮਿਲ ਜਾਵੇ। ਕੰਤ ਦਾ ਮੁੱਖ ਉੱਧਰ ਹੋਵੇ, ਨਾਰ ਦਾ ਮੁੱਖ ਉੱਧਰ ਹੋਵੇ, ਫਿਰ ਮਿਲਾਪ ਕਿਵੇਂ?
ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਇੱਕ ਦੇਵੋ ਰਾਤ ਮੁਰਾਰੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਓ ਕਦ ਨਾਨਕ ਆਵੇ ਕਦ ਨਾਨਕ ਆਵੇ ਵਾਰੀ ਕਰਮਹੀਣ ਆਪਣੇ ਆਪ ਨੂੰ ਕਹੇ ਕਰਮਹੀਣ ਤਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਓ ਕਦ ਨਾਨਕ ਆਵੇ ਵਾਰੀ ਬੋਲੇ ਜੇ ਮੂੰਹ ਦੇ ਨਾਲ ਕਹਿ ਦਿੰਦੇ ਜੇ ਉੱਠਿਆ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਕਿੰਨੇ ਕੁ ਹੰਝੂ ਵਗਾਏ ਨੀ ਗੁਰੂ ਨਾਨਕ ਦੇ ਚਰਨਾਂ ਚ ਬੇਨਤੀ ਲਾਉਂਦੇ ਆ ਕਿ ਮਹਾਰਾਜ ਉੱਠਿਆ ਨਹੀਂ ਜਾਂਦਾ ਦਇਆ ਕਰਦੇ ਕਿੰਨਾ ਕੁ ਨੇਮ ਵਧਾਇਆ ਹੈ ਕੀਤੇ ਨੇ ਜਪਜੀ ਸਾਹਿਬ ਦੇ ਪਾਠ ਕੀਤੇ ਸੁਖਮਨੀ ਸਾਹਿਬ ਦੇ ਪਾਠ ਰੱਖੀ ਭੇਟਾ ਤਰਲੋ ਮੱਛੀ ਹੋਏ ਆ ਕਿ ਮਹਾਰਾਜ ਆਹ ਭੇਟਾ ਲੈ ਲਓ ਅੰਮ੍ਰਿਤ ਵੇਲਾ ਦਿੱਤਾ ਉੱਠਿਆ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਉੱਠਿਆ ਨਹੀਂ ਜਾਂਦਾ ਨਹੀਂ ਉੱਠਣਾ ਨਹੀਂ ਚਾਹੁੰਦੇ ਆਖੋ ਸਤਨਾਮ ਸੱਚ ਜੇ ਭੁੱਖ ਲੱਗੀ ਹੋਵੇ ਔਰ ਰੋਟੀ ਨਾ ਮਿਲਦੀ ਹੋਵੇ ਜਿਹਦੇ ਕੋਲ ਰੋਟੀ ਹੋਵੇ ਸਾਧ ਸੰਗਤ ਪ੍ਰਾਣਾ ਤੇ ਹੁਣ ਬਣੀ ਆਈ ਹੈ ਨਾ ਉਹਦੇ ਅੱਗੇ ਬੰਦਾ ਭੁੱਖ ਵੀ ਅੱਡ ਲਏਗਾ ਦੇ ਦੇ ਪਿਆਸ ਲੱਗੀ ਹੈ ਤੇਰੇ ਕੋਲ ਪਾਣੀ ਹੈ ਮੈਂ ਮਰਨ ਲੱਗਾ ਦੇ ਦੇ ਜੇ ਪਿਆਸ ਲੱਗੀ ਹੋਵੇ ਤਾਂ ਜੇ ਪਿਆਸ ਨਹੀਂ ਐਵੇਂ ਫਿਰ ਡਰਾਮੇ ਹੀ ਚੱਲਦੇ ਨੇ ਸੱਸ ਮੈਨੂੰ ਬਖਸ਼ ਲੈਣਾ ਥੋੜ੍ਹਾ ਮੈਂ ਖੁੱਲ੍ਹ ਕੇ ਗੱਲ ਕਰ ਰਿਹਾ ਕਿਉਂਕਿ ਇਹ ਮਨ ਸਾਨੂੰ ਹਮੇਸ਼ਾ ਭਰਮਾ ਕੇ ਰੱਖਦਾ ਹੈ ਜੀ ਉੱਠਦਾ ਆਪ ਨਹੀਂ ਤੇ ਬਹਾਨੇ ਬਣਾਉਂਦਾ ਫਿਰਦਾ ਉੱਠਿਆ ਨਹੀਂ ਜਾਂਦਾ ਉੱਠਣਾ ਨਹੀਂ ਚਾਹੁੰਦਾ ਜੇ ਉੱਠਣਾ ਚਾਹੁੰਦਾ ਹੁੰਦਾ ਨਾ ਤੂੰ ਔਰ ਤਾਂ ਵੀ ਉੱਠਿਆ ਨਹੀਂ ਜਾ ਰਿਹਾ ਫਿਰ ਤਰਲੇ ਪਾਉਂਦਾ ਪੰਜ ਪੰਜ ਪਾਠ ਜਪਜੀ ਸਾਹਿਬ ਦੇ ਕਰਕੇ ਸੁਖਮਨੀ ਸਾਹਿਬ ਦੇ ਕਰਕੇ ਮੂਲ ਮੰਤਰ ਦਾ ਪਾਠ ਕਰਕੇ ਤੇ ਫਿਰ ਕਹਿੰਦਾ ਇੱਕ ਦੇਵੋ ਰਾਤ ਮੁਰਾ ਇੱਕ ਦੇਵੋ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਨਿਤ ਸੁਹਾਗਣ ਸਦਾ ਫਿਰ ਰਾਵੇ ਵਾਹ ਮੈਂ ਕਰਮਹੀਣ ਕਬਹੀ ਗਲ ਲਾਵੇ ਤੂੰ ਗੁਣਵੰਤਾ ਹੋ ਤੂੰ ਫਿਰ ਗੁਣਵੰਤਾ
ਮੈਂ ਨਿਰਗੁਣ ਕਰਮਹੀਣ ਤਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਜੇ ਪਿਆਸ ਲੱਗੀ ਹੋਵੇ ਤੇ ਬੰਦਾ ਤਰਲੋ ਮੱਛੀ ਹੁੰਦਾ ਤੜਫਦਾ ਕਿ ਮੈਨੂੰ ਆਹ ਚੀਜ਼ ਮਿਲ ਜਾਏ ਪਿਆਸ ਲੱਗੀ ਪਾਣੀ ਮਿਲ ਜਾਏ ਅਰਦਾਸ ਕਰੀਏ ਕਿ ਪਿਆਸ ਲੱਗ ਜਾਏ ਅੰਮ੍ਰਿਤ ਵੇਲੇ ਦੀ ਅਰਦਾਸ ਕਰੀਏ ਕਿ ਪਿਆਸ ਲੱਗ ਜੇ ਬੰਦਗੀ ਦੀ ਔਰ ਯਕੀਨ ਜਾਣਨਾ ਜਿਨ੍ਹਾਂ ਜਿਨ੍ਹਾਂ ਨੂੰ ਇਹ ਪਿਆਸ ਲੱਗੀ ਹੈ ਗੁਰੂ ਨਾਨਕ ਨੇ ਆਪਣੀ ਸਾਰੀ ਰਹਿਮਤ ਉਹਦੇ ਉੱਤੇ ਕਰ ਦਿੱਤੀ ਹੈ ਆਖੋ ਸਤਨਾਮ ਸੱਜਣੀ ਉਹਦੇ ਉੱਤੇ ਸਾਰੀਆਂ ਰਹਿਮਤਾਂ ਕਰ ਦਿੱਤੀਆਂ ਜਿਹਨੂੰ ਪਿਆਸ ਹੈ ਇੱਕ ਬੇਨਤੀ ਮੈਂ ਹੋਰ ਕਰਦੇ ਹਾਂ ਸਰੀਰ ਨੇ ਕਦੇ ਨਾਲ ਨਹੀਂ ਨਿਭਣਾ ਨਾ ਤੁਹਾਡਾ ਤੇ ਨਾ ਕਿਸੇ ਦਾ ਸੱਚਾਈ ਜੇ ਪਰ ਜਿਹੜਾ ਇਹ ਨਾਮ ਜਪ ਰਹੇ ਹੋ ਜਿਹੜਾ ਅੰਮ੍ਰਿਤ ਵੇਲਾ ਸੰਭਾਲ ਰਹੇ ਹੋ ਇਹ ਸਦਾ ਨਿਭੇਗਾ ਸੰਗ ਸਾਥ ਨਿਭੇਗਾ ਭੁੱਖ ਲਾਈਏ ਭੁੱਖ ਭੁੱਖ ਲਾਈਏ ਜੀ ਆਹ ਭੁੱਖ ਲਾਈਏ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ ਇੱਕ ਦੇਵੋ ਰਾਤ ਮੁਰਾਰੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਕਦ ਨਾਨਕ ਆਵੇ ਵਾਰੀ ਮੁਹੱਬਤ ਕਰੀਏ ਅੰਮ੍ਰਿਤ ਵੇਲੇ ਦੇ ਨਾਲ ਮੁਹੱਬਤ ਕਰੀਏ ਸਿਮਰਨ ਦੇ ਨਾਲ ਤਾਂਗ ਰੱਖੀਏ ਪਿਆਰ ਰੱਖੀਏ ਸਾਧ ਸੰਗਤ ਮੈਂ ਸੱਚ ਕਹਿੰਦਾ ਤੁਸੀਂ ਅੰਮ੍ਰਿਤ ਵੇਲੇ ਲਈ ਸਮਰਪਿਤ ਹੋ ਜਾਓ ਬੰਦਗੀ ਲਈ ਸਮਰਪਿਤ ਹੋ ਜਾਓ ਗੁਰੂ ਨਾਨਕ ਤੁਹਾਡੇ ਲਈ ਸਮਰਪਿਤ ਹੋ ਜਾਣਗੇ ਸੱਚ ਸੋਨਿਆ